ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਦਿੰਦਰ ਪੰਨੀ ਸ਼ੋਅ ਦੇ ਵਿੱਚ ਅੱਜ ਦੇ ਸ਼ੋਅ ਦੇ ਵਿੱਚ ਫਿਰ ਆਪਾਂ ਆਪਣੇ ਸਭ ਕੋਲੋਂ ਇਸ ਵਕਤ ਦੀਆਂ ਖਾਸ ਖਬਰਾਂ ਬਾਰੇ ਇਨਫੋਰਮੇਸ਼ਨ ਹਾਸਲ ਕਰਾਂਗੇ। ਸਭ ਤੋਂ ਪਹਿਲਾਂ ਪੰਨੀ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜੀ। ਸ਼ੁਕਰੀਆ ਪੰਨੀ ਸਾਹਿਬ। ਪਹਿਲਾ ਸਵਾਲ ਜਿਹੜਾ ਮੈਂ ਪੁੱਛਣਾ ਚਾਹੁੰਦਾ ਉਹ ਪੁੱਛਣਾ ਚਾਹੁੰਦਾ NRIs ਦੇ ਨਾਲ ਰਿਲੇਟਡ। NRIs ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਇੱਕ NRI ਸਭਾ ਬਣੀ ਸੀ, ਉਹਦਾ ਹੈੱਡਕੁਆਟਰ ਜਲੰਧਰ 'ਚ ਹੀ ਆ, ਅਤੇ ਉਹਦੀ ਇਲੈਕਸ਼ਨ ਬੜੀ ਦੇਰ ਤੋਂ ਡਿਊ ਆ ਜੀ। ਪਹਿਲਾਂ ਤਾਂ ਸਰਕਾਰਾਂ ਨੇ ਬੜਾ ਧਿਆਨ ਦਿੱਤਾ ਸੀ, ਜਾਂ ਤਾਂ ਹੁਣ NRIs ਨੂੰ ਇੱਧਰ ਆ ਕੇ ਕਹਿੰਦੇ ਕੋਈ ਇਨਵੈਸਟਮੈਂਟ ਨਹੀਂ ਕਰਦੇ, ਜਾਂ ਸਰਕਾਰਾਂ ਨੂੰ ਇੰਨਾ ਇੰਟਰਸਟ ਨਹੀਂ ਰਿਹਾ NRIs ਦੇ ਵਿੱਚ। ਕਾਰਨ ਕੀ ਹੈ ਕਿ ਉਹ ਸਭਾ ਦੀ ਇਲੈਕਸ਼ਨ ਵੀ ਪੈਂਡਿੰਗ ਹੈ ਅਤੇ ਸਰਕਾਰਾਂ ਦਾ ਧਿਆਨ ਵੀ ਕੋਈ ਨਹੀਂ? ਦੇਖੋ ਗੁਰਪ੍ਰੀਤ ਜੀ, ਇਹ NRI ਸਭਾ ਜਦੋਂ ਬਣੀ ਜੀ, ਇਹਦੀਆਂ ਜਿਹੜੀਆਂ ਮੁੱਢਲੀਆਂ ਮੀਟਿੰਗਾਂ ਹੋਈਆਂ ਉਦੋਂ ਇਹ ਸਰਕਾਰੀ ਨਹੀਂ ਸੀ ਜੀ, ਇਹ ਗੈਰ ਸਰਕਾਰੀ ਤੌਰ 'ਤੇ ਬਣਾਉਣ ਦਾ ਉੱਦਮ ਹੋਇਆ ਸੀ ਅਤੇ ਮੈਂ ਇਹਦੇ ਨਾਲ ਸ਼ੁਰੂ 'ਚ ਜੁੜਿਆ ਰਿਹਾ ਸੀ ਜੀ। ਉਦੋਂ ਇਹ ਸੀਗਾ ਕਿ ਜਿਸ ਤਰ੍ਹਾਂ ਕਿਸਾਨ ਸਭਾ ਬਣੀ ਆ, ਟ੍ਰੇਡ ਯੂਨੀਅਨ ਬਣੀ ਹੁੰਦੀ ਹੈ, ਇਸੇ ਤਰ੍ਹਾਂ ਹੀ NRI ਬਹੁਤ ਇੱਥੇ ਆ ਕੇ ਤੰਗ ਹੁੰਦੇ, ਇਹਨਾਂ ਦੀ ਇੱਕ NRI ਸਭਾ ਬਣਾਈ ਜਾਵੇ। ਜਿਹੜੇ ਬਣਾਉਣ ਵਾਲੇ ਸੀ ਉਹਨਾਂ 'ਚੋਂ ਦੋ ਤਿੰਨ ਰਹਿ ਗਏ ਆ, ਬਾਕੀ ਤੁਰ ਗਏ ਜੀ। ਜਿਹੜੇ ਦੋ ਤਿੰਨ ਰਹਿ ਗਏ ਉਹ ਵੀ ਇਸ ਵੇਲੇ ਸਰਗਰਮੀ ਛੱਡ ਕੇ ਰਾਮ ਨਾਮ ਜਪਣ ਵਾਲੀ ਪੁਜੀਸ਼ਨ 'ਚ ਨੇ। ਉਹ ਜਦੋਂ ਬਣ ਗਈ ਫਿਰ ਅਕਾਲੀ ਸਰਕਾਰ ਆ ਗਈ 1997 'ਚ ਅਤੇ ਉਹਨੂੰ ਸਰਕਾਰੀ ਦਰਜਾ ਮਿਲ ਗਿਆ ਜੀ। ਉਦੋਂ ਥੋੜ੍ਹਾ ਚਿਰ ਬਾਅਦ ਇੰਦਰ ਕੁਮਾਰ ਗੁਜਰਾਲ ਪਹਿਲੇ ਪੰਜਾਬੀ ਪ੍ਰਧਾਨ ਮੰਤਰੀ ਬਣ ਗਏ ਅਤੇ ਇੱਕ ਬਹੁਤ ਵੱਡਾ ਸਮਾਗਮ ਕੀਤਾ ਗਿਆ ਅਤੇ ਉਦੋਂ ਹੀ ਉੱਜਲ ਦਸਾਂਝ ਉੱਧਰ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਬਣ ਗਿਆ, ਯਾਨੀ ਮੁੱਖ ਮੰਤਰੀ ਬਣ ਗਿਆ। ਇੱਕ ਸਮਾਗਮ ਫਿਰ ਉਹਦਾ ਕਰਕੇ ਹੋਰ ਹੋ ਗਿਆ ਜੀ। ਇਹਦੇ ਉਹਨਾਂ ਦੋ ਸਮਾਗਮਾਂ ਵਿੱਚ ਵੀ ਮੈਂ ਸ਼ਾਮਿਲ ਸਾਂ ਅਤੇ ਉਦੋਂ ਬਾਅਦ ਅਸੀਂ ਲੋਕ ਫਿਰ ਪਿੱਛੇ ਹਟ ਗਏ ਸੀ ਕਿਉਂਕਿ ਸਭਾ ਦੀ ਕਈ ਗੱਲਾਂ ਦਾ ਕਰਕੇ ਬਦਨਾਮੀ ਸ਼ੁਰੂ ਹੋ ਗਈ ਸੀ ਜੀ। ਹੁਣ ਮੈਂ ਇਹ ਨਹੀਂ ਕਹਿੰਦਾ ਕਿ ਉਹ ਗੱਲਾਂ ਕਿਹੜੀਆਂ, ਬਦਨਾਮੀ ਕਿਉਂ ਹੋਈ, ਮੈਂ ਇਹ ਵੀ ਨਹੀਂ ਕਹਿੰਦਾ ਕਿ ਇਸ ਵੇਲੇ ਤੱਕ NRIs ਦੇ ਵਿੱਚ ਕੀ ਅਕਸ ਹੈ। ਸਵਾਲ ਇਹ ਹੈ ਕਿ ਜੇ NRI ਸਭਾ ਬਣਾ ਲਈ ਹੈ ਅਤੇ NRIs ਵਾਸਤੇ ਵੀ ਕੁਝ ਕਰੇ ਜੀ। ਇੱਥੇ ਜਿੰਨੇ ਕੁ NRI ਸਭਾ ਦੇ ਪ੍ਰਧਾਨ ਬਣਦੇ ਰਹੇ ਉਹਨਾਂ ਦੀ ਸਭ ਤੋਂ ਵੱਡੀ ਪੰਜਾਬ ਸਰਕਾਰ ਤੋਂ ਮੰਗ ਇਹ ਰਹੀ ਜੀ ਕਿ ਸਾਡੇ ਪ੍ਰਧਾਨ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਜਾਵੇ, ਲਾਲ ਬੱਤੀ ਕਾਰ 'ਤੇ ਲਾਉਣ ਦੀ ਆਗਿਆ ਦਿੱਤੀ ਜਾਵੇ। ਇਹ ਲਾਲ ਬੱਤੀ ਲਾ ਵੀ ਲੈਣਗੇ ਅਤੇ ਬਾਹਰ ਬੈਠੇ NRIs ਨੂੰ ਉਹਦਾ ਕੀ ਫਾਇਦਾ ਹੋਵੇਗਾ ਜੀ? ਇਹਨਾਂ ਨੂੰ ਰਾਜ ਮੰਤਰੀ ਦਾ ਦਰਜਾ ਵੀ ਮਿਲ ਜਾਵੇ ਅਤੇ ਬਾਹਰ ਬੈਠੇ NRIs ਨੂੰ ਕੀ ਫਾਇਦਾ ਹੋਵੇਗਾ? ਵੱਡੀ ਗੱਲ ਤਾਂ ਇਹ ਹੈ ਕਿ NRIs ਦੇ ਮਸਲੇ ਇਹ ਹੱਲ ਕਰਨ ਜੀ, ਅਤੇ ਜਿਹੜੇ NRIs ਆਉਂਦੇ ਆ ਉਹਨਾਂ ਨੂੰ ਪੰਜਾਬ ਦੇ ਵਿਕਾਸ ਨਾਲ, ਪਿੰਡਾਂ ਨਾਲ ਜੋੜ ਕੇ ਕੁਛ ਕੰਮ ਕਰਨ, ਉਹਨਾਂ ਨੇ ਕੀਤਾ ਜੀ। ਚੋਣਾਂ ਦੀ ਲੜਾਈ ਹੋਈ, ਇੱਕ ਵਾਰੀ ਇੱਕ ਪ੍ਰਧਾਨ ਬਣ ਗਿਆ ਅਤੇ ਬਾਅਦ 'ਚ ਪਤਾ ਲੱਗਾ ਕਿ ਉਹ ਪ੍ਰਧਾਨ ਜਿਹੜਾ NRI ਨਹੀਂ ਗਾ, ਉਹ ਤਾਂ ਜੀ ਡਿਪੋਰਟ ਹੋਇਆ ਸੀ ਅਤੇ ਉਹ ਪ੍ਰਧਾਨ ਬਣਾ ਦਿੱਤਾ, ਪਤਾ ਨਹੀਂ ਹੋਇਆ ਕਿ ਨਹੀਂ ਹੋਇਆ, ਪਰ ਉਹਦੇ ਖਿਲਾਫ਼ ਪ੍ਰਚਾਰ ਹੋਇਆ ਜੀ। ਫਿਰ ਇੱਕ ਚੋਣ ਇਹੋ ਜਿਹੀ ਸੀ ਇੱਥੇ ਤਿੰਨ ਬੰਦੇ ਖੜ੍ਹੇ, ਅਖਬਾਰਾਂ 'ਚ ਚਰਚਾ ਹੋਵੇ ਫਲਾਨਾ ਅਤੇ ਫਲਾਨਾ, ਇਹਨਾਂ ਦੋਵਾਂ 'ਚ ਲੜਾਈ ਹੈ, ਤੀਸਰਾ ਤਾਂ ਐਵੇਂ ਖੜ੍ਹਾ, ਅਤੇ ਜਦੋਂ ਵੋਟਾਂ ਪਈਆਂ ਜੀ ਅਤੇ ਜਿਹੜਾ ਐਵੇਂ ਖੜ੍ਹਾ ਸੀ ਉਹ ਪ੍ਰਧਾਨ ਬਣ ਗਿਆ। ਉਹ ਕਿਉਂ ਬਣ ਗਿਆ? ਕਹਿੰਦੇ ਜੀ ਦੋ ਦਿਨ ਪਹਿਲਾਂ ਤਾਂ ਵੋਟਾਂ 250 ਸੀ ਅਤੇ ਰਾਤੋ ਰਾਤ ਵੋਟਾਂ NRI ਸਭਾ ਦੀਆਂ 350 ਬਣ ਗਈਆਂ, ਜਿਹੜੀਆਂ 150 ਸੀ ਉਹ ਸਾਰੀਆਂ ਉਹਦੇ ਪੱਖ ਵਿੱਚ ਭੁਗਤ ਗਈਆਂ, ਅਤੇ ਉਹਨਾਂ ਦੇ ਵਿੱਚੋਂ ਇਹੋ ਜਿਹੇ ਸਨ ਜਿਹੜੇ ਡੁਬਈ 'ਚ ਇੱਕ ਵਾਰੀ ਗਿਆ, ਚੱਕਰ ਮਾਰ ਕੇ ਮੁੜ ਆਇਆ, ਮੁੜ ਕੇ ਪਾਸਪੋਰਟ ਵੀ ਰਿਨਿਊ ਨਹੀਂ ਕਰਾਇਆ, ਉਹ ਵੀ NRI ਜੀ। ਜੇ ਕੋਈ ਆਪਣੇ ਰਿਸ਼ਤੇਦਾਰ ਕੋਲ ਵਿਆਹ ਸ਼ਾਦੀ 'ਤੇ ਗਿਆ, ਗੇੜਾ ਮਾਰ ਕੇ ਮੁੜ ਆਇਆ, ਆ ਕੇ ਫਿਰ ਦੁਬਾਰਾ ਵੀਜ਼ਾ ਵੀ ਖਤਮ ਹੋ ਗਿਆ, ਪਾਸਪੋਰਟ ਵੀ ਖਤਮ ਹੋ ਗਿਆ, ਉਹ ਵੀ NRI ਜੀ। ਇਹ ਵੀ ਚਰਚਾ ਚੱਲਦੀ ਰਹੀ ਪਰ ਉਹਦਾ ਕਦੇ ਕੋਈ ਜਵਾਬ ਨਹੀਂ ਦਿੱਤਾ ਗਿਆ। ਹੁਣ ਜੇ ਇਹਨਾਂ ਨੇ ਕਰਨਾ ਇਹ ਕਰਨ ਜੀ, ਪਰ NRIs ਨੂੰ ਉਹਦਾ ਕੋਈ ਫਾਇਦਾ ਹੋਣਾ ਚਾਹੀਦਾ। ਇਹ ਪੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਜੀ, ਖਰਚਾ ਕਰੀ ਜਾਵੇ, NRI ਸਭਾ ਦੀ ਮੈਂਬਰੀ ਦੇ ਪੈਸੇ ਉਹਨਾਂ ਤੋਂ ਇਕੱਠੇ ਕਰਕੇ ਰੱਖ ਲਵੇ, ਦਫ਼ਤਰ ਇੱਥੇ ਚੱਲੀ ਜਾਣ, ਅਤੇ ਜੇ ਉਹਨਾਂ ਦਾ ਫਾਇਦਾ ਨਹੀਂ ਹੁੰਦਾ, ਉਹਨਾਂ ਦੀਆਂ ਸਮੱਸਿਆਵਾਂ ਜਿਉਂਦੀਆਂ ਤਿਉਂ, ਉਹਨਾਂ ਦੀਆਂ ਜਾਇਦਾਦਾਂ 'ਤੇ ਕਬਜ਼ੇ ਹੁੰਦੇ ਆ, ਇੱਥੇ ਆਇਆਂ ਨੂੰ ਥਾਂ ਥਾਂ 'ਤੇ ਉਹਨਾਂ ਨੂੰ ਹਰ ਚੀਜ਼ ਵਾਸਤੇ ਰਿਸ਼ਵਤ ਦੇਣੀ ਪੈਂਦੀ ਹੈ, ਅਤੇ ਫਿਰ ਉਹ ਜਦੋਂ ਆਉਂਦੇ ਆ ਅਤੇ ਉਹਨਾਂ ਨੂੰ ਦੱਸੀਦਾ ਜੀ ਆਹ ਫਲਾਨਾ ਪ੍ਰਧਾਨ ਆ, ਆਹ ਫਲਾਨਾ ਤੁਹਾਡਾ ਦਫ਼ਤਰ ਆ, ਉਹ ਕਹਿੰਦੇ ਸਾਨੂੰ ਕਾਹਦਾ ਚਾਹ ਜੇਠ ਦੀ ਮੋਟਰ ਦਾ, ਇਹ ਜਿਹੜੇ ਇੱਥੇ ਬੈਠੇ ਨੇ ਇਹ ਉਹਦੇ ਅਦਾਰੀਆਂ ਕਰੀ ਜਾਂਦੇ ਕਰੀ ਜਾਣ। ਹੁਣ ਫਿਰ 4 ਸਾਲ ਤੱਕ, ਸ਼ਾਇਦ 5 ਹੀ ਹੋ ਗਏ ਹੁਣ, ਬੜਾ ਚਿਰ ਹੋ ਗਿਆ ਦੀ ਚੋਣ ਨਹੀਂ ਹੋਈ ਜੀ। ਹੁਣ ਸਰਕਾਰ ਨੇ ਆਖਿਆ ਜੀ ਚੋਣ ਕਰਾਉਣੀ ਆ, ਇਹਨਾਂ ਮਾਮਲਿਆਂ ਦੇ ਇੰਚਾਰਜ ਅਫਸਰ ਲੱਦੜ ਸਾਹਿਬ ਨੇ, ਉਹਨਾਂ ਨੇ ਦੀ ਕਾਰਵਾਈ ਸ਼ੁਰੂ ਕੀਤੀ ਹੈ। ਅਸੀਂ ਕਾਮਨਾ ਕਰਾਂਗੇ ਕਿ ਲੱਦੜ ਸਾਹਿਬ ਨੇ ਜੇ ਬੀੜਾ ਚੁੱਕਿਆ ਤਾਂ ਇਹਨੂੰ ਸਿਰੇ ਲਾ ਦੇਣ, ਚੋਣ ਕਰਵਾ ਦੇਣ, ਪਰ ਜਦ ਤੱਕ ਚੋਣ ਹੋ ਨਹੀਂ ਜਾਂਦੀ ਉਹਨਾਂ ਚਿਰ ਤੱਕ ਵਿਸਵਿਸੇ ਕਾਇਮ ਰਹਿਣਗੇ, ਅਤੇ ਜੇ ਚੋਣ ਹੋ ਵੀ ਗਈ ਇਹ ਸਵਾਲ ਫਿਰ ਖੜਾ ਰਹੂਗਾ
ਕਿ ਐੱਨ ਆਰ ਆਈ ਸਭਾ ਦੀ ਅਗਲੀ ਟੀਮ ਐੱਨ ਆਰ ਆਈਜ਼ ਵਾਸਤੇ ਕੁਝ ਕਰਦੀ ਹੈ ਕਿ ਨਹੀਂ ਕਰਦੀ। ਦੂਸਰਾ ਸਵਾਲ ਪੰਨੂ ਸਾਹਿਬ ਮੈਂ ਕਰਨਾ ਚਾਹੁੰਦਾ ਸਾਨੂੰ ਕਿ ਪਿਛਲੇ ਦਿਨ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ ਉੱਥੇ ਅਤੇ ਅਖੰਡ ਪਾਠ ਸਾਹਿਬ ਇਹ ਆਰੰਭ ਕਰਾਇਆ ਗਿਆ, ਉਸ ਤੋਂ ਬਾਅਦ ਭੋਗ ਵੀ ਪਏ ਉਪਰੰਤ ਕੀਰਤਨ ਵੀ ਹੋਇਆ, ਬਹੁਤ ਸਾਰੇ ਸਪੋਰਟਰ ਵੀ ਉਹਨਾਂ ਦੇ ਉੱਥੇ ਪਹੁੰਚੇ, ਉਹਦੇ ਨਾਲ ਸੰਬੰਧਿਤ ਇੱਕ ਸਵਾਲ ਕਹਿੰਦੇ ਪੁੱਛ ਲਿਆ ਗਿਆ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਨੂੰ ਕਿ ਵੀ ਜਦੋਂ ਕਿਸੇ ਆਮ ਬੰਦੇ ਨੇ ਪਾਠ ਕਰਾਉਣਾ ਹੋਵੇ ਤਾਂ ਉਹਨੂੰ ਤਾਂ ਤੁਸੀਂ ਸਾਲ ਦੋ ਸਾਲ ਕਈ ਵਾਰ ਚਾਰ ਸਾਲ ਵੀ ਕਹਿ ਦਿੰਦੇ ਵਾਰੀ ਨਹੀਂ ਆਉਂਦੀ, ਪਰ ਉਹਨਾਂ ਨੇ ਕਿਵੇਂ ਐਲਾਨ ਕੀਤਾ ਜੀ ਵੀ ਇਸ ਦਿਨ ਅਸੀਂ ਜਾਣਾ, ਸੇਮ ਡੇ ਵਾਰੀ ਵੀ ਆ ਗਈ, ਜਗ੍ਹਾ ਵੀ ਮਿਲ ਗਈ, ਆਮ ਬੰਦੇ ਦੇ ਵਿੱਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਂ ਕਹਿ ਲਓ ਬਾਦਲ ਪਰਿਵਾਰ ਦੇ ਵਿੱਚ ਫਰਕ ਕਿਉਂ ਕੀਤਾ ਗਿਆ ਇਹਦੇ 'ਤੇ? ਉਹ ਕਹਿੰਦੇ ਮੈਨੂੰ ਪਤਾ ਕੁਛ ਨਹੀਂ, ਇੱਦਾਂ ਕਿਉਂ ਜੀ? ਦੇਖੋ ਇਹਦੇ 'ਚ ਚਾਰ ਪੰਜ ਪੱਖ ਨੇ। ਇੱਕ ਪੱਖ ਤਾਂ ਇਹ ਆ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਰਹਿਤ ਮਰਿਆਦਾ ਦੇ ਮੁਤਾਬਕ ਚੱਲਦੀ ਹੈ ਜੀ, ਜਿਹੜੀ ਆਪੇ ਛਾਪੀ ਹੋਈ ਹੈ। ਉਸ ਛਾਪੀ ਹੋਈ ਰਹਿਤ ਮਰਿਆਦਾ ਦੇ ਵਿੱਚ ਇਹ ਲਿਖਿਆ ਕਿ ਜਿਹਨੇ ਪਾਠ ਕਰਵਾਉਣਾ ਉਹ ਬਹਿ ਕੇ ਸੁਣੇਵੀਂ ਜੀ। ਇੱਥੇ ਪਾਠ ਅੰਮ੍ਰਿਤਸਰ ਹੁੰਦਾ ਹੁੰਦਾ ਅਤੇ ਜਿਨ੍ਹਾਂ ਨੇ ਬੁੱਕ ਕਰਾਇਆ ਉਹ ਕੋਈ ਅਮਰੀਕਾ 'ਚ ਬੈਠਾ ਹੁੰਦਾ, ਕੋਈ ਆਸਟ੍ਰੇਲੀਆ 'ਚ, ਕੋਈ ਇੰਗਲੈਂਡ 'ਚ ਬੈਠਾ ਹੁੰਦਾ, ਕੋਈ ਜਰਮਨੀ 'ਚ। ਐਡੀ ਦੂਰੋਂ ਕਿਤੇ ਕਿਰਾਏ ਪਾਠ ਤਾਂ ਉਹਨਾਂ ਨੂੰ ਕੀ ਫਲ ਮਿਲਦਾ ਹੋਵੇਗਾ ਜੀ। ਦੂਸਰਾ ਪੱਖ, ਬਾਰਾਂ ਬਾਰਾਂ ਸਾਲ ਵਾਰੀ ਨਹੀਂ ਆਉਂਦੀ, ਪੰਜ ਪੰਜ ਸਾਲ, ਚਾਰ ਚਾਰ ਸਾਲ ਵਾਰੀ ਨਹੀਂ ਆਉਂਦੀ ਜੀ। ਇਹਦੇ ਨਾਲ ਜੋੜ ਕੇ ਦੋ ਤਿੰਨ ਵਾਰੀ ਇਹ ਸਕੈਂਡਲ ਸਾਹਮਣੇ ਆ ਚੁੱਕੇ ਆ ਕਿ ਜਿਨ੍ਹਾਂ ਨੇ ਪਹਿਲਾਂ ਵਾਰੀ ਲਾਉਣੀ ਹੋਵੇ ਉਹਨਾਂ ਦੀ ਵਾਰੀ ਕਿੱਦਾਂ ਬਣਦੀ ਹੈ ਜੀ। ਇੱਕ ਵਾਰੀ ਇਹ ਵੀ ਸਕੈਂਡਲ ਆਇਆ ਸੀ ਕਿ ਅਖੰਡ ਪਾਠਾਂ ਦੀ ਬੁਕਿੰਗ ਦੀਆਂ ਜਾਅਲੀ ਪਰਚੀਆਂ ਬਣੀਆਂ, ਉਹਨਾਂ ਦੇ ਨਾਂ 'ਤੇ ਪਾਠ ਨਹੀਂ ਸੀ ਹੁੰਦੇ ਜੀ। ਫਰਜ਼ ਕਰੋ ਜੇ ਮਿਥਿਆ ਕਿ ਇੱਕ ਦਿਨ ਦੇ ਵਿੱਚ 11 ਪਾਠ ਹੀ ਹੋ ਸਕਦੇ ਆ ਅਤੇ ਬੰਦੇ ਬੁੱਕ ਕਰਾਉਣ ਵਾਲੇ ਆ ਗਏ 15, 16, 18 ਜੀ, ਨਾ ਨਹੀਂ ਕਰਨੀ, ਵੱਖਰੀ ਕਾਪੀ ਰੱਖੀ, ਉਹਨਾਂ ਦੀ ਬੁਕਿੰਗ ਵੀ ਕਰ ਦਿੱਤੀ, ਜਦੋਂ ਉਹਨਾਂ ਨੇ ਤਰੀਕ ਨਿਕਲੀ ਲਿਖ ਕੇ ਤਾਂ ਉਹਨਾਂ ਨੇ ਹੁਕਮਨਾਮਾ ਵੀ ਘੱਲ ਦਿੱਤਾ ਜੀ ਤੁਹਾਡੇ ਆਹ ਨਿਕਲਿਆ ਜੀ, ਪਰ ਅਸਲ 'ਚ ਉਹਨਾਂ ਦਾ ਪਾਠ ਰੱਖਿਆ ਹੀ ਨਹੀਂ ਗਿਆ, ਉਹ ਪੈਸੇ ਸ਼੍ਰੋਮਣੀ ਕਮੇਟੀ ਨੂੰ ਆਏ ਹੀ ਨਹੀਂ, ਇੱਕ ਵਾਰੀ ਸਕੈਂਡਲ ਆ ਵੀ ਨਿਕਲਿਆ ਸੀ ਜੀ। ਇਹਦੇ ਨਾਲ ਜੋੜ ਕੇ ਚੰਦੋਇਆਂ ਦਾ ਸਕੈਂਡਲ ਵੀ ਨਿਕਲ ਚੁੱਕਾ ਕਿ ਜਿਹੜਾ ਚੰਦੋਆ ਚਰਨਾ ਤਰਨਾ ਹੁੰਦਾ ਜੀ, ਲੋਕ ਸ਼ਰਧਾ ਨਾਲ ਚੜ੍ਹਾਉਂਦੇ ਆ, ਇੱਕ ਦਿਨ ਵਾਸਤੇ ਆਉਂਦਾ, ਅਗਲੇ ਦਿਨ ਉਹ ਫਿਰ ਕਿਤੇ ਜਾਂਦਾ ਅਤੇ ਫਿਰ ਵਾਪਸ ਧੋ ਕੇ ਜਿੱਦਾਂ ਆਉਂਦਾ, ਉਹਦੀ ਵੀ ਚਰਚਾ ਚੱਲ ਚੁੱਕੀ ਆ ਜੀ। ਹੁਣ ਸਵਾਲ ਪੱਤਰਕਾਰਾਂ ਨੇ ਪੁੱਛ ਲਿਆ ਕਿ ਲੋਕਾਂ ਦੀ ਵਾਰੀ ਤਾਂ ਚਾਰ ਚਾਰ ਛੇ ਛੇ ਸਾਲ ਨਹੀਂ ਆਉਂਦੀ ਅਤੇ ਬਾਦਲ ਪਰਿਵਾਰ ਸ਼ਾਮ ਨੂੰ ਫੈਸਲਾ ਕਰਦਾ ਅਤੇ ਅਗਲੇ ਦਿਨ ਜਾ ਕੇ ਖੰਡ ਪਾਠ ਕਰ ਦਿੰਦਾ, ਇਹਨਾਂ ਦੀ ਵਾਰੀ ਕਿੱਥੋਂ ਆ ਗਈ ਜੀ? ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹਦਾ ਹੋਰ ਕੋਈ ਜਵਾਬ ਨਹੀਂ ਸੁਝਾ, ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਜੀ। ਇਸ ਜਥੇਦਾਰ ਨੂੰ ਵਾਕਈ ਕੁਛ ਨਹੀਂ ਪਤਾ, ਕਿਉਂਕਿ ਜਿਹਨਾਂ ਨੂੰ ਪਤਾ ਉਹ ਹੋਰ ਬੰਦੇ ਉੱਥੇ ਬਿਠਾਏ ਆ ਜੀ। ਇਹਨੂੰ ਤਾਂ ਸਿਰਫ ਇਹ ਆਖਿਆ ਕਿ ਤੂੰ ਉੰਨੀ ਕੁ ਗੱਲ ਕਰਨੀ ਹੈ ਜਿੰਨੀ ਕੁ ਤੈਨੂੰ ਦੱਸੀ ਜਾਵੇ, ਉਹ ਤੋਂ ਬਾਅਦ ਨਹੀਂ ਕਰਨੀ ਜੀ। ਨਹੀਂ ਤਾਂ ਇਹ ਕਿੱਦਾਂ ਹੋ ਸਕਦਾ ਕਿ ਇੰਨੇ ਸਾਲਾਂ ਤੋਂ ਇਹ ਕਥਾਵਾਚਕ ਹੈ, ਸ਼੍ਰੋਮਣੀ ਕਮੇਟੀ ਨਾਲ ਜੁੜਿਆ, ਦਮਦਮਾ ਸਾਹਿਬ ਦੇ ਵਿੱਚ ਵੀ ਜਥੇਦਾਰੀ ਕਰ ਰਿਹਾ ਅਤੇ ਅੱਜ ਤੱਕ ਇਹਨੂੰ ਇਹ ਪਤਾ ਹੀ ਨਾ ਹੋਵੇ ਵੀ ਇੱਥੇ ਕਿੰਨੀ ਮਤਲਬ ਵੇਟਿੰਗ ਲਿਸਟ ਆ ਅਤੇ ਕਿੱਦਾਂ ਦੂਸਰਿਆਂ ਦੇ ਬਣਦੇ ਆ। ਪਰ ਜਿਹੜੀ ਗੱਲ ਉਹ ਨਹੀਂ ਕਹਿੰਦਾ, ਉਹ ਅੱਜ ਦੇ ਅਖਬਾਰਾਂ 'ਚ ਆ ਗਈ ਜੀ ਕਿ ਬਾਦਲ ਸਾਹਿਬ ਨੇ ਪੰਚਾਇਤ ਚੋਣਾਂ ਵਾਸਤੇ ਆਪਣੇ ਬੰਦਿਆਂ ਦੀ ਮੀਟਿੰਗ ਕਰਵਾਈ, ਉਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਨ ਲੱਗੇ ਅਤੇ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਨੇ ਮੂੰਹ ਨਿਕਲ ਗਿਆ, ਦੇਖੋ ਕੋਈ ਆਖੇ ਜਾਂ ਨਾ ਆਖੇ, ਅਕਾਲੀ ਦਲ ਵੀ ਸਾਡਾ ਹੈ, ਸ਼੍ਰੋਮਣੀ ਕਮੇਟੀ ਵੀ ਸਾਡੀ ਹੈ, ਦਿੱਲੀ ਦੀ ਗੁਰਦੁਆਰਾ ਕਮੇਟੀ ਵੀ ਸਾਡੀ ਹੈ, ਪਟਨਾ ਸਾਹਿਬ ਦੀ ਗੁਰਦੁਆਰਾ ਕਮੇਟੀ ਵੀ ਸਾਡੀ ਹੈ, ਹੁਣ ਤਾਂ ਸਾਡਾ ਹੀ ਉੱਥੇ ਵੀ ਪ੍ਰਧਾਨ ਹੈ, ਇਹ ਸਾਰੇ ਸਾਡੇ ਹੀ ਆ, ਇਹਨਾਂ ਦੇ ਬੰਦਿਆਂ ਨੂੰ ਟਿਕਟਾਂ ਵੀ ਅਸੀਂ ਦੇ ਕੇ ਖੜਾ ਕਰਦੇ ਹਾਂ, ਜਦੋਂ ਜਿੱਤ ਜਾਂਦੇ ਪ੍ਰਧਾਨ ਵੀ ਅਸੀਂ ਬਣਾ। ਬਾਦਲ ਸਾਹਿਬ ਨੇ ਇਹ ਗੱਲ ਦੋ ਕਾਰਨਾਂ ਕਈ ਕਰਕੇ ਕਹੀ ਹੋ ਸਕਦੀ ਹੈ ਜੀ। ਇੱਕ ਕਾਰਨ ਤਾਂ ਇਹ ਕਿ ਚੱਲਦੇ ਰੂਟੀਨ ਵਿੱਚ ਇਹ ਰੌਂ 'ਚ ਹੀ ਕਹਿ ਗਏ, ਅਤੇ ਦੂਜਾ ਕਾਰਨ ਇਹ ਹੈ ਕਿ ਬਾਕੀਆਂ ਨੂੰ ਇਹ ਦੱਸਣ ਦਾ ਯਤਨ ਹੋਵੇ ਜਿਹੜੇ ਵਿਰੋਧ ਕਰਦੇ ਪਏ ਅਕਾਲੀ ਦਲ ਦੇ ਵਿੱਚ, ਕਿ ਲਾ ਲਓ ਜਿੱਥੇ ਮਰਜ਼ੀ ਜ਼ੋਰ, ਦਿੱਲੀ ਕਮੇਟੀ ਵੀ ਸਾਡੀ ਹੈ, ਪਟਨਾ ਕਮੇਟੀ ਵੀ ਸਾਡੀ ਹੈ, ਸ਼੍ਰੋਮਣੀ ਕਮੇਟੀ ਹੈ ਹੀ ਸਾਡੀ ਹੈ, ਕੱਲ੍ਹ ਤੁਸੀਂ ਜਾਣਾ ਕਿਹੜੇ ਗੁਰਦੁਆਰਾ ਜਾਓਗੇ, ਉੱਥੇ ਜਿੱਥੇ ਜਾਓਗੇ ਮੀਟਿੰਗਾਂ 'ਚ ਤੁਹਾਨੂੰ ਕਿਸੇ ਨੂੰ ਬੋਲਣ ਨਹੀਂ ਦੇਣਾ, ਤੁਹਾਨੂੰ ਇਹ ਪਤਾ ਨਹੀਂ ਕੀ ਕੁਛ ਹੈ। ਪਰ ਇਹ ਜੋ ਵੀ ਹੋਇਆ, ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਨੇੜੇ ਜਿੱਥੇ ਵੀ ਉਹਨਾਂ ਨੇ ਅਖੰਡ ਪਾਠ ਰਖਾਇਆ ਅਤੇ ਬੁਕਿੰਗ ਕਰਵਾਈ ਗਈ, ਉਹ ਬੁਕਿੰਗ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਚੱਲਦੀ ਪਈ ਆ ਜੀ, ਬੁਕਿੰਗ ਇਕੱਲੀ ਨਹੀਂ ਸ਼੍ਰੋਮਣੀ ਕਮੇਟੀ ਜਿਸ ਤਰ੍ਹਾਂ ਚੱਲਦੀ ਪਈ ਆ, ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਅਜੇ ਤੱਕ ਤਾਂ ਪਿਛਲੇ ਸਾਲ ਜਿਹੜੀ ਪਾਕਿਸਤਾਨ ਗਈ ਸੀ ਕੁੜੀ ਕਿਰਨ ਬਾਲਾ ਜੀ, ਉਹ ਉਸ ਕੁੜੀ ਦੀ ਜਿਹੜੀ ਉਹ ਜਾ ਕੇ ਉੱਥੇ ਮੁਸਲਮਾਨ ਹੋ ਗਈ ਮੁੰਡੇ ਕਨਾਲ ਵਿਆਹ ਕਰਾ ਕੇ, ਉਸ ਕੁੜੀ ਦੀ ਫਾਈਲ ਨਾਲ ਦੇ ਕਮਰੇ 'ਚ ਫਾਈਲ ਪਈ ਆ ਅਤੇ ਨਾਲ ਦੇ ਕਮਰੇ 'ਚ ਜਾਂਚ ਕਮੇਟੀ ਬੈਠਦੀ ਆ। ਸਾਲ ਤੋਂ ਉੱਤੇ ਹੋ ਗਿਆ, ਜਾਂਚ ਕਮੇਟੀ ਦੀ ਇੰਨੀ ਹਿੰਮਤ ਨਹੀਂ ਕਿ ਨਾਲ ਦੇ ਕਮਰੇ 'ਚ ਜਾ ਕੇ ਫਾਈਲ ਚੁੱਕ ਕੇ ਵੇਖ ਕੇ ਅਤੇ ਇੱਕ ਜਵਾਬ ਦੇ ਸਕੇ। ਸ਼੍ਰੋਮਣੀ ਕਮੇਟੀ ਇੱਦਾਂ ਹੀ ਚੱਲਦੀ ਹੈ। ਪਰ ਸਾਹਿਬ ਅਗਲਾ ਸਵਾਲ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਪੰਜ ਰਾਜਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਦੇ ਤੋਂ ਬਾਅਦ ਜਿਹੜੀ ਹੁਣ ਡਿਟੇਲ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਪਤਾ ਲੱਗਿਆ ਕਿ ਨੋਟਾ ਨਨ ਆਫ ਦੀ ਅਬਵ ਜਿਹੜਾ ਇੱਕ ਬਟਨ ਆਪਸ਼ਨ ਦਿੱਤੀ ਗਈ ਹੈ
ਉਹਨੂੰ ਬਹੁਤ ਜ਼ਿਆਦਾ ਵੋਟਾਂ ਪਈਆਂ ਨੇ ਐਤਕੀਂ ਦਾ ਕਈ ਥਾਵਾਂ ਦੇ ਉੱਪਰ, ਬਾਕੀ ਪਾਰਟੀਆਂ ਨਾਲੋਂ ਵੀ ਜ਼ਿਆਦਾ ਲੋਕਾਂ ਨੇ ਨੋਟਾਂ ਦਾ ਬਟਨ ਦੱਬਿਆ ਹੈ, ਇਹਨੂੰ ਕਿਵੇਂ ਦੇਖਦੇ ਹੋ? ਇਹ ਗੱਲ ਤੁਸੀਂ ਗੁਰਪ੍ਰੀਤ ਜੀ ਠੀਕ ਕਹਿੰਦੇ ਹਾਂ। ਮੱਧ ਪ੍ਰਦੇਸ਼ ਦੇ ਵਿੱਚ 5 ਲੱਖ ਤੋਂ ਵੱਧ ਲੋਕਾਂ ਨੇ ਨੋਟਾਂ ਨੂੰ ਵੋਟਾਂ ਪਾ ਦਿੱਤੀਆਂ ਨੇ ਜੀ। ਰਾਜਸਥਾਨ ਦੇ ਵਿੱਚ 4 ਲੱਖ ਤੋਂ ਵੱਧ ਪਾ ਦਿੱਤੀਆਂ ਨੇ। ਛੱਤੀਸਗੜ੍ਹ ਦੇ ਵਿੱਚ 2 ਲੱਖ ਤੋਂ ਵੱਧ ਪਾ ਦਿੱਤੀਆਂ ਨੇ। ਇਹਨਾਂ 3 ਸੂਬਿਆਂ ਦੀਆਂ ਵੋਟਾਂ ਰਲਾ ਕੇ 12 ਲੱਖ ਤੋਂ ਕੁਝ ਉੱਪਰ ਬਣਦੀਆਂ, ਜਿਹੜੀਆਂ ਕਿਸੇ ਵੀ ਉਮੀਦਵਾਰ ਨੂੰ ਨਹੀਂ ਪਈਆਂ ਜੀ। ਜੇ ਪੈਂਦੀਆਂ ਤਾਂ ਇੰਨੀਆਂ ਵੋਟਾਂ ਨਾਲ 24 ਉਮੀਦਵਾਰ ਚੁਣੇ ਜਾ ਸਕਦੇ ਸੀ ਜੀ। 24 ਉਮੀਦਵਾਰਾਂ ਜੋਗੀਆਂ ਵੋਟਾਂ ਕਿਸੇ ਪਾਸੇ ਨਹੀਂ ਪਈਆਂ, ਗਰਕ ਹੋ ਗਈਆਂ ਨੇ ਜੀ। ਇਹਦਾ ਕਾਰਨ ਕੀ ਹੈ? ਲੋਕਾਂ ਦੇ ਮਨ ਵਿੱਚ ਬੜੀ ਉਪਰਾਮਤਾ ਕਿ ਸਾਡਾ ਲੋਕਤੰਤਰ ਲੀਹ ਤੋਂ ਲੱਥ ਗਿਆ ਜੀ। ਇਹ 3 ਰਾਜ ਨੇ ਜਿਹੜੇ ਮੈਂ ਦੱਸੇ, 3 ਰਾਜਾਂ 'ਚ 65 ਸੀਟਾਂ ਨੇ ਪਾਰਲੀਮੈਂਟ ਦੀਆਂ, ਅਤੇ 543 ਸੀਟਾਂ ਵਾਲਾ ਜਿਹੜਾ ਭਾਰਤ ਹੈ, ਜੋ 'ਚ 65 ਦਾ ਹਿਸਾਬ ਲਾਈਏ ਤਾਂ ਇਹਦਾ ਮਤਲਬ ਕਿ ਜੇ 12 ਲੱਖ ਵੋਟਾਂ ਇਹ 3 ਰਾਜਾਂ 'ਚ ਬਣਦੀਆਂ ਨੇ ਤਾਂ 1 ਕਰੋੜ ਤੋਂ ਵੱਧ ਲੋਕ ਭਾਰਤ ਵਿੱਚ ਨੋਟਾ ਖੜਕਾਉਣਗੇ ਜੀ। ਜਿਹੜੇ ਦੇਸ਼ 'ਚ ਇੰਨੇ ਲੋਕ ਇਹ ਕਹਿਣ ਕਿ ਸਾਡੀ ਵੱਲੋਂ ਢੱਠੇ ਖੂਹ 'ਚ ਪਵੇ, ਨਾ ਆਹ ਪਾਰਟੀ ਚੰਗੀ, ਨਾ ਉਹ ਚੰਗੀ, ਨਾ ਆਜ਼ਾਦ, ਨਾ ਫਲਾਨਾ, ਰਹਿਣ ਦਿਓ ਜੀ, ਉਸ ਦੇਸ਼ ਦੇ ਹਾਕਮਾਂ ਨੂੰ ਥੋੜ੍ਹਾ ਜਿਹਾ ਸਿਰ 'ਚ ਠੰਡਾ ਪਾਣੀ ਪਾ ਕੇ ਸੋਚਣਾ ਚਾਹੀਦਾ ਕਿ ਅਸੀਂ ਲੋਕਤੰਤਰ ਨੂੰ ਕਿੱਥੇ ਪਹੁੰਚਾ ਦਿੱਤਾ ਜੀ। ਇਹਦਾ ਕਾਰਨ ਕੀ ਹੈ? ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਵਾਰੀ ਚੋਣਾਂ 'ਚ ਇਹੋ ਜਿਹਾ ਮੌਕਾ ਬਣਿਆ ਕਿ ਇੱਕ ਹਲਕੇ 'ਚ 3 ਜਣੇ ਖੜ੍ਹੇ ਅਤੇ 3 ਕਤਲ ਦੇ ਕੇਸਾਂ ਦੇ ਦੋਸ਼ੀ ਜੀ, 3 'ਤੇ ਡਾਕਿਆਂ ਦੇ ਵੀ ਕੇਸ, 3 ਜਣੇ ਜੇਲ੍ਹ ਵਿੱਚ ਔਰ ਇੱਕੋ ਹੀ ਜੇਲ੍ਹ 'ਚ ਬੰਦ ਜੀ, ਅਤੇ ਇੱਕੋ ਹਲਕੇ 'ਚ ਖੜ੍ਹੇ ਆ। ਇੱਕ ਸਮਾਜਵਾਦੀ ਪਾਰਟੀ ਵੱਲੋਂ ਖੜ੍ਹਾ ਸੀ, ਇੱਕ BJP ਵੱਲੋਂ ਜੀ, ਇੱਕ ਬਹੁਜਨ ਸਮਾਜ ਪਾਰਟੀ ਵੱਲੋਂ। 3 'ਚੋਂ ਜਿਹੜਾ ਇੱਕ ਜਿੱਤ ਗਿਆ ਜੀ, ਉਹਨੇ ਰਾਤ ਨੂੰ ਜੇਲ੍ਹ ਦੇ ਵਿੱਚ ਪਾਰਟੀ ਕੀਤੀ, ਸ਼ਰਾਬ ਅਤੇ ਮੀਟ ਵਰਤਾਇਆ, ਜੇਲ੍ਹ ਦੇ ਸਟਾਫ ਨੂੰ ਵੀ ਵਰਤਾਇਆ ਜੀ, ਅਤੇ ਜਿਹੜੇ 2 ਹਾਰ ਗਏ ਸੀ ਉਹਨਾਂ ਨੂੰ ਵੀ ਭਾਜੀ ਭੇਜੀ ਗਈ, ਖਾਣਾ ਉਹਨਾਂ ਦੇ ਘਰ ਵੀ ਭੇਜਿਆ ਗਿਆ ਜੀ, ਜਿੱਦਾਂ ਵਿਆਹ ਸ਼ਾਦੀਆਂ 'ਤੇ ਥਾਲੀ ਭੇਜੀ ਜਾਂਦੀ ਆ। ਇਹ ਸਾਰਾ ਕੁਝ ਸਾਹਮਣੇ ਆ। ਔਰ ਉਹ ਜਿਹੜਾ ਜਿੱਤਿਆ ਕਾਤਲ ਸੀ ਉਹਨੂੰ ਪੁਲਿਸ ਦੀ ਗਾਰਦ ਵਿਧਾਨ ਸਭਾ ਦੇ ਵਿੱਚ ਸਹੁੰ ਚੁਕਾਉਣ ਵਾਸਤੇ ਲੈ ਕੇ ਆਈ ਜੀ। ਅਜੇ ਤਾਂ ਕੁਛ ਵੀ ਨਹੀਂ, ਅਜੇ ਤਾਂ ਸਾਨੂੰ ਸਿਰਫ ਨੋਟਾਂ ਦਾ ਹੱਕ ਦਿੱਤਾ ਕਿ ਨਹੀਂ ਪਸੰਦ ਤਾਂ ਪਾ ਦਿਓ ਜੀ। ਸਾਡੇ ਵਰਗੇ ਕਈ ਕਹਿੰਦੇ ਆ ਕਿ ਨੋਟਾਂ ਦਾ ਬਟਨ ਉੱਥੇ ਜਾ ਕੇ ਦੱਬਣਾ, ਉਹਦੇ ਨਾਲ ਫਰਕ ਹੀ ਪੈਂਦਾ, ਹਾਰ ਜਿੱਤ ਦੇ ਫਾਸਲੇ ਨਾਲੋਂ ਜ਼ਿਆਦੀਆਂ ਮਾਰਜਨ ਨਾਲੋਂ ਜ਼ਿਆਦੀਆਂ ਵੋਟਾਂ 'ਤੇ ਨੋਟਾਂ 'ਤੇ ਖਰਾਬ ਹੋ ਰਹੀਆਂ ਨੇ ਜੀ, ਅਤੇ ਇਹਦੇ ਨਾਲ ਚੰਗੀ ਗੱਲ ਨਹੀਂ ਕਿ ਵੋਟ ਪਾਉਣੇ ਨਾ ਜਾਓ। ਸਰਕਾਰ ਕਹਿੰਦੀ ਕਿੱਦਾਂ ਨਾ ਪਾਓਗੇ? ਅੱਜ ਤੋਂ 20-22 ਸਾਲ ਪਹਿਲਾਂ ਲਾਲ ਕ੍ਰਿਸ਼ਨ ਅਡਵਾਨੀ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ ਕਿ ਵੋਟ ਪਾਉਣਾ ਲਾਜ਼ਮੀ ਕਰਾਰ ਦੇ ਦਿਓ, ਜਿਹੜਾ ਵੋਟ ਪਾਉਣ ਨਹੀਂ ਜਾਂਦਾ ਉਹਨੂੰ ਜੇਲ੍ਹ ਭੇਜਤਾ ਜਾਵੇ ਜੀ। ਫਿਰ ਇਹ ਗੱਲ ਠੱਪੀ ਗਈ। ਹੁਣ ਪਿਛਲੇ ਸਾਲ 2017 'ਚ ਨਰਿੰਦਰ ਮੋਦੀ ਸਰਕਾਰ ਨੇ ਫਿਰ ਇਹ ਚੁੱਕ ਲਈ ਹੈ ਕਿ ਵੋਟ ਪਾਉਣੀ ਕੰਪਲਸਰੀ ਕੀਤੀ ਜਾਵੇ, ਲਾਜ਼ਮੀ ਕੀਤੀ ਜਾਵੇ, ਹਰ ਇੱਕ ਨੂੰ ਵੋਟ ਪਾਉਣੀ ਹੀ ਪਊ, ਜਿਹੜਾ ਨਾ ਪਾਵੇ ਉਹਦੇ ਖਿਲਾਫ਼ ਮੁਕੱਦਮਾ ਚੱਲੇਗਾ ਜੀ। ਇਹਦਾ ਮਤਲਬ ਕਿ ਆ ਜਿਹੜੇ 12 ਲੱਖ ਲੋਕ ਹੈ 3 ਸੂਬਿਆਂ 'ਚ, ਇਹ 12 ਲੱਖ ਮੁਕੱਦਮੇ ਤਾਂ ਫਿਰ ਇਹੋ ਹੀ ਹੋ ਜਾਣਗੇ ਜੀ। ਸਾਰੇ ਭਾਰਤ ਵਿੱਚ 1 ਕਰੋੜ ਮੁਕੱਦਮੇ ਤਾਂ ਫਿਰ ਉਹਨਾਂ ਦੇ ਹੋ ਜਾਣਗੇ ਜਿਹੜੇ ਵੋਟ ਪਾਉਣ ਨਹੀਂ ਜਾਂਦੇ। ਫਿਰ ਅਦਾਲਤਾਂ ਇਸ ਕੰਮ 'ਤੇ ਲਾ ਦਿਓ, ਅਦਾਲਤਾਂ ਵਿੱਚ ਮੁਕੱਦਮੇ ਤਾਂ ਪਹਿਲੇ ਨਹੀਂ ਮੁੱਕਦੇ ਪਏ ਜੀ। ਸਿਸਟਮ ਨਹੀਂ ਸੁਧਾਰਨਾ, ਸਿਸਟਮ ਦੇ ਉੱਤੇ ਉਂਗਲ ਉਠਾਉਣ ਵਾਲੇ, ਸਿਸਟਮ ਨੂੰ ਵੇਖ ਕੇ ਮੂੰਹ ਪਾਸੇ ਨੂੰ ਮੋੜ ਲੈਣ ਵਾਲੇ, ਦੁਖੀ ਹੋਣ ਵਾਲੇ ਲੋਕ, ਉਹਨਾਂ ਸਾਰਿਆਂ ਦੇ ਉੱਤੇ ਕੇਸ ਬਣਾਉਣੇ ਸ਼ੁਰੂ ਕਰ ਦਿਓ, ਮੁਕੱਦਮੇ ਬਣਾ ਦਿਓ ਜੀ। ਇੱਕ ਉਰਦੂ ਦਾ ਸ਼ੇਰ ਹੈ, ਸਾਰੀ ਉਮਰ ਉਮਰ ਭਰ ਇੱਕ ਹੀ ਗਲਤੀ ਦੁਹਰਾਤੇ ਰਹੇ, ਧੂਲ ਚਿਹਰੇ 'ਤੇ ਥੀ, ਪੋਂਛਾ ਸ਼ੀਸ਼ੇ ਪਰ ਲਗਾਤੇ ਰਹੇ। ਅਸੀਂ ਵੀ ਚਿਹਰੇ 'ਤੇ ਧੂਲ ਹੈ। ਇਸ ਲੋਕਤੰਤਰ ਦਾ ਜਿਹੜਾ ਚਿਹਰਾ ਘੱਟੇ ਮਿੱਟੀ ਨਾਲ ਭਰਿਆ ਪਿਆ, ਧਮਾਕਿਆ ਪਿਆ ਜੀ, ਅਸੀਂ ਉਹਨੂੰ ਸਾਫ਼ ਕਰਨ ਦੀ ਲੋੜ ਨਹੀਂ ਸਮਝਦੇ। ਅਸੀਂ ਸ਼ੀਸ਼ਾ ਜਿੱਥੋਂ ਕੋਈ ਵਿਖਾਉਂਦਾ ਉਹਦੇ ਮੂੰਹ 'ਤੇ ਪੋਚਾ ਮਾਰਨ ਦਾ ਯਤਨ ਕਰਦੇ ਹਾਂ। ਇਹ ਨੋਟਾ ਜਿਹੜਾ ਇਹ ਸ਼ੀਸ਼ਾ ਹੈ, ਜੇ ਭਾਰਤ ਦੇ ਲੋਕਤੰਤਰ ਦੇ ਲੀਡਰ ਨੂੰ ਵੇਖਣਾ ਚਾਹੁਣ ਤਾਂ। ਬਿਲਕੁਲ ਸਹੀ ਗੱਲ। ਮਨ ਸਭ ਆਖਰੀ ਸਵਾਲ ਮੈਂ ਪੁੱਛਣਾ ਚਾਹੁੰਦਾ ਕਿ ਮੇਘਾਲਿਆ ਦੀ ਕੋਰਟ ਨੇ ਇੱਕ ਫੈਸਲਾ ਦਿੱਤਾ ਜਿਹਦੇ 'ਚ ਉਹਨਾਂ ਕਿਹਾ ਕਿ ਜਿਹੜੇ ਹਿੰਦੂ ਬਾਕੀ ਥਾਵਾਂ ਤੋਂ ਆਉਂਦੇ ਨੇ ਅਤੇ ਇੰਡੀਅਨ ਸਿਟੀਜ਼ਨਸ਼ਿਪ ਜਿਹੜੀ ਉਹਨਾਂ ਨੂੰ ਦੇਣੀ ਚਾਹੀਦੀ ਹੈ। ਦੇਖੋ, ਉਸ ਹਾਈ ਕੋਰਟ ਨੇ ਜਿਹੜਾ ਫੈਸਲਾ ਕਰਤਾ
ਫੈਸਲਾ ਤਾਂ ਇੱਕ ਆਦਮੀ ਦੇ ਬਾਰੇ ਕਰਨਾ ਸੀ ਜੀ, ਨਾਲ ਸਰਕਾਰ ਨੂੰ ਇੱਕ ਸੁਝਾਅ ਭੇਜਤਾ ਕਿ ਤੁਸੀਂ ਇਸ ਗੱਲ ਦੇ ਉੱਤੇ ਵਿਚਾਰ ਕਰੋ ਕਿ ਆਂਢ ਗੁਆਂਢ ਦੇ ਦੇਸ਼ਾਂ ਵਿੱਚੋਂ ਇਕੱਲੇ ਹਿੰਦੂ ਨਹੀਂ, ਹਿੰਦੂ, ਸਿੱਖ, ਜੈਨੀ, ਬੋਧੀ ਜੀ, ਉਹ 'ਚ 12-13 ਕਿਸਮਾਂ ਲਿਖੀਆਂ ਨੇ। ਇਹ ਜਾਤਾਂ ਜਾਂ ਧਰਮਾਂ ਦੇ ਲੋਕ ਜਿਹੜੇ ਆ, ਇਹ ਸਾਰੀਆਂ ਕੈਟੇਗਰੀ ਦੇ ਜਦੋਂ ਭਾਰਤ ਵਿੱਚ ਆ ਜਾਣ ਅਤੇ ਇਹਨਾਂ ਨੂੰ ਇੱਥੋਂ ਦੀ ਨਾਗਰਿਕਤਾ ਦੇ ਦਿੱਤੀ ਜਾਵੇ ਜੀ। ਮੈਂ ਉਹਨੂੰ ਫੋਲਣ ਦਾ ਯਤਨ ਕੀਤਾ, ਮੈਨੂੰ ਉਹਦੇ 'ਚ ਮੁਸਲਮਾਨ ਨਹੀਂ ਲੱਭੇ। ਫੈਸਲਾ ਉਹਦਾ ਕਾਰਨ ਕੀ ਆ ਜੀ? ਉਹ ਕਹਿੰਦੇ ਜੀ, ਆਂਢ ਗੁਆਂਢ ਦੇ ਦੇਸ਼ ਇਹੋ ਜਿਹੇ ਆ ਜਿੱਥੇ ਇਹਨਾਂ ਲੋਕਾਂ ਵਾਸਤੇ ਵਸੇਬਾ ਕਰਨਾ ਔਖਾ ਹੋ ਜਾਂਦਾ ਅਤੇ ਤਾਂ ਇਹ ਭਾਰਤ ਵੱਲ ਭੱਜਦੇ ਆ ਜੀ। ਅਤੇ ਇਹਨਾਂ ਦੇ ਕੋਲ ਹੋਰ ਕੋਈ ਟਿਕਾਣਾ ਵੀ ਨਹੀਂ ਰਹਿ ਗਿਆ, ਕੋਈ ਆਸਰਾ ਵੀ ਨਹੀਂ ਰਹਿ ਗਿਆ, ਇਸ ਕਰਕੇ ਭਾਰਤ ਇਹਨਾਂ ਨੂੰ ਪਨਾਹ ਦੇਵੇ ਜੀ। ਮੈਂ ਸਾਰੇ ਦੇਸ਼ਾਂ ਦੀ ਇਹ ਗੱਲ 'ਤੇ ਮੰਨ ਨਹੀਂ ਸਕਦਾ। ਪਾਕਿਸਤਾਨ ਦੀ ਅਸੀਂ ਮੰਨ ਸਕਦੇ ਹਾਂ ਕਿ ਉੱਥੇ ਸਿੱਖਾਂ 'ਤੇ ਵੀ, ਹਿੰਦੂਆਂ 'ਤੇ ਵੀ, ਬੋਧੀਆਂ 'ਤੇ, ਜੈਨੀਆਂ 'ਤੇ ਵੀ ਬਹੁਤ ਜ਼ਿਆਦਾ ਜ਼ੁਲਮ ਹੁੰਦਾ। ਜਦੋਂ ਹੁੰਦਾ ਚਿੱਟੇ ਦਿਨਾਂ ਦੀਆਂ ਕੁੜੀਆਂ ਚੁੱਕ ਕੇ ਲੈ ਜਾਂਦੇ ਨੇ, ਪੁਲਿਸ ਪਰਚਾ ਵੀ ਨਹੀਂ ਦਰਜ ਕਰਦੀ, ਇਸ ਕਰਕੇ ਵੀ ਇਹਨਾਂ ਦੇ ਪਿੱਛੇ ਕਿਹੜਾ ਕੋਈ ਆਉਣ ਵਾਲਾ। ਉਹ ਫਿਰ ਉੱਥੋਂ ਆਉਂਦੇ ਆ ਤੀਰਥ ਯਾਤਰਾ ਦੇ ਬਹਾਨੇ, ਇੱਥੇ ਆ ਕੇ ਕਹਿੰਦੇ ਜੀ ਗੋਲੀ ਮਾਰਨੀ ਮਾਰ ਦਿਓ, ਅਸੀਂ ਵਾਪਸ ਨਹੀਂ ਜਾਣਾ ਜੀ। ਉਹ 10-10, 12-12, 14-14 ਸਾਲ ਖਲੋਤੇ ਹੁੰਦੇ ਅਫਗਾਨਿਸਤਾਨ 'ਚੋਂ ਸਿੱਖ ਭੱਜੇ, ਕੁਝ ਭਾਰਤ ਵਿੱਚ ਆਏ, ਉਹਨਾਂ ਨੂੰ ਅਜੇ ਤੱਕ ਸਿਟੀਜ਼ਨਸ਼ਿਪ ਨਹੀਂ ਮਿਲੀ, ਕੁਝ ਇੰਗਲੈਂਡ ਚਲੇ ਗਏ, ਉਹਨਾਂ ਨੂੰ ਉਹਨਾਂ ਪਹਿਲਾਂ ਸ਼ਰਨਾਰਥੀ ਦਾ ਦਰਜਾ ਦਿੱਤਾ, ਬਾਅਦ 'ਚ ਸਿਟੀਜ਼ਨਸ਼ਿਪ ਵੀ ਮਿਲਣ ਲੱਗ ਪਈ ਹੈ ਜਿਹਦੇ ਬੱਚਾ ਹੋ ਜਾਂਦਾ ਜੀ। ਜੇ ਬੱਚਾ ਇੰਗਲੈਂਡ ਦੀ ਧਰਤੀ 'ਤੇ ਪੈਦਾ ਹੋਇਆ ਤਾਂ ਉਹ ਬਾਈ ਬਰਥ ਸਿਟੀਜ਼ਨ ਹੈ ਉੱਥੋਂ ਦਾ ਜੀ, ਅਤੇ ਉਹਦਾ ਕਰਕੇ ਨਾਲ ਹੀ ਉਹਦੇ ਮਾਂ ਬਾਪ ਨੂੰ ਵੀ ਟਿਕਣ ਦਾ ਮੌਕਾ ਮਿਲ ਜਾਂਦਾ। ਪਰ ਭਾਰਤ ਵਿੱਚ ਇਹ ਸਹੂਲਤਾਂ ਹੈ ਨਹੀਂ ਜੀ। ਇੱਥੇ ਕਈ ਪਰਿਵਾਰ 15-15, 20-20 ਸਾਲ ਉਹਨਾਂ ਦੇ ਬੱਚੇ ਇੱਥੇ ਜੰਮ ਕੇ ਇੱਥੇ ਵਿਆਹੇ ਜਾਂਦੇ ਆ, ਅੱਗੋਂ ਉਹਨਾਂ ਦੇ ਵੀ ਬੱਚੇ ਹੋ ਜਾਂਦੇ ਆ, ਪਰ ਸਿਟੀਜ਼ਨਸ਼ਿਪ ਨਹੀਂ ਮਿਲ ਰਹੀ। ਮੇਘਾਲਿਆ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਅਤੇ ਇਹ ਗੱਲ ਤਾਂ ਭਾਰਤ ਦੇ ਵਿਚਾਰਨ ਵਾਲੀ ਹੈ, ਪਰ ਜੇ ਕਿਉਂਕਿ ਮੈਨੂੰ ਉਹਦੇ 'ਚੋਂ ਨਹੀਂ ਲੱਭਾ ਕਿ ਮੁਸਲਮਾਨਾਂ ਬਾਰੇ ਵੀ ਕੁਛ ਹੈਗਾ ਜੀ, ਜੇ ਹੋਵੇ ਤਾਂ ਮਸਲਾ ਵਿਚਾਰਿਆ ਜਾਣਾ ਚਾਹੀਦਾ, ਕਿਉਂਕਿ ਸਾਡੇ ਗੁਆਂਢ ਜਿਹੜਾ ਪੁਰਾਣਾ ਬਰਮਾ ਸੀ ਜਿਹਨੂੰ ਮਿਆਂਮਾਰ ਕਹਿੰਦੇ ਆ, ਕੋਈ ਮਿਆਂਮਾਰ ਵੀ ਕਹੀ ਜਾਂਦਾ ਜੀ, ਉਹਦੇ ਵਿੱਚੋਂ ਰੋਹਿੰਗਿਆ ਮੁਸਲਮਾਨਾਂ ਨਾਲ ਜੋ ਕੁਛ ਹੋਇਆ ਅਤੇ ਜਿੱਦਾਂ ਉਹ ਭੱਜ ਕੇ ਆਏ, ਇੱਕ ਮੌਕੇ ਦੇ ਉੱਤੇ ਬੰਗਲਾਦੇਸ਼ ਬਣਨ ਤੋਂ ਪਹਿਲਾਂ ਪਾਕਿਸਤਾਨ ਦੀ ਫੌਜ ਨੇ ਜਿੰਨੇ ਈਸਟ ਪਾਕਿਸਤਾਨ ਦੇ ਲੋਕ ਤੰਗ ਕੀਤੇ ਸੀ, ਮੁਸਲਮਾਨ ਵੀ ਭੱਜ ਕੇ ਇੱਧਰ ਆਏ ਸੀ, ਪਨਾਹ ਤਾਂ ਉਹਨਾਂ ਨੂੰ ਵੀ ਦੇਣੀ ਪੈ ਸਕਦੀ ਹੈ। ਜਿਹੜਾ ਜਾਇਜ਼ ਕੇਸ ਆ ਉਹ ਵਿਚਾਰਿਆ ਜਾਵੇ, ਜਿਹੜਾ ਨਜਾਇਜ਼ ਕੇਸ ਹੈ ਉਹ ਰੱਦ ਕੀਤਾ ਜਾਵੇ, ਪਰ ਇਹਦੇ 'ਚ ਵਿਤਕਰੇਬਾਜ਼ੀ ਨਹੀਂ ਹੋਣੀ ਚਾਹੀਦੀ। ਵੇਖਣਾ ਚਾਹੀਦਾ ਕਿ ਮਨੁੱਖੀ ਪੱਖ ਤੋਂ ਦੁਨੀਆ ਭਰ ਦੀਆਂ ਸਰਕਾਰਾਂ ਜਿਹੜੇ ਜਿਹੜੇ ਸਟੈਂਡਰਡਸ ਅਡਾਪਟ ਕਰਦੀਆਂ ਨੇ, ਜਿਨ੍ਹਾਂ ਪੈਮਾਨਿਆਂ ਦੇ ਨਾਲ ਕਿਸੇ ਨੂੰ ਸ਼ਰਨਾਰਥੀ ਦਾ ਦਰਜਾ ਜਾਂ ਕੋਈ ਹੋਰ ਜਿਹੜਾ ਦਿੱਤਾ ਜਾਂਦਾ, ਉਹ ਲਗਭਗ ਇੱਥੇ ਭਾਰਤ ਵਿੱਚ ਵੀ ਦਿੱਤਾ ਜਾਵੇ। ਸਾਨੂੰ ਲੱਗਦਾ ਇਹ ਹੈ ਕਿ ਭਾਰਤ ਦੇ ਵਿੱਚ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਕੁਛ ਨਾ ਕੁਛ ਥੋੜ੍ਹਾ ਬਹੁਤ ਫਰਕ ਜਿਹਾ ਪੈਂਦਾ। ਕਿਤੇ ਕੱਲ੍ਹ ਨੂੰ ਇਹ ਨਾ ਸਾਨੂੰ ਆਖਿਆ ਜਾਵੇ ਕਿ ਧਰਮ ਦੇ ਨਾਂ ਦੇ ਉੱਤੇ ਫਲਾਣੇ ਨਾਲ ਵਿਤਕਰਾ ਕੀਤਾ ਜਾ ਰਿਹਾ ਅਤੇ ਫਲਾਣੇ ਨਾਲ ਨਹੀਂ। ਜੇ ਉਸ ਤਰ੍ਹਾਂ ਦਾ ਦੋਸ਼ ਲੱਗੇ ਤਾਂ ਉਹ ਵੀ ਮਾੜਾ ਹੋਵੇਗਾ। ਉੱਦਾਂ ਸਾਡੇ ਕੋਲ ਪਿਛਲੇ ਸਮੇਂ 'ਚ ਤਾਮਿਲ ਵੀ ਆਏ ਆ, ਜਦੋਂ ਸ਼੍ਰੀਲੰਕਾ ਦੇ ਵਿੱਚ ਲਿੱਟੇ ਵਾਲੀ ਐਜੀਟੇਸ਼ਨ ਚੱਲਦੀ ਸੀ ਅਤੇ ਲਿੱਟੇ 'ਤੇ ਲੜ ਰਹੀ ਸੀ ਨਾ ਤਾਮਿਲਾਂ ਦੇ ਨਾਂ 'ਤੇ, ਅਤੇ ਜਦੋਂ ਸਰਕਾਰ ਦੀ ਅਤੇ ਲਿੱਟੇ ਦੀ ਲੜਾਈ ਚੱਲਦੀ ਪਈ ਸੀ ਅਤੇ ਉਸ ਲੜਾਈ ਦੇ ਦੌਰਾਨ ਉੱਥੋਂ ਤਾਮਿਲ ਵੀ ਬਹੁਤ ਭੱਜ ਕੇ ਆਏ ਸੀ ਅਤੇ ਭਾਰਤ ਸਰਕਾਰ ਨੂੰ ਉਹਨਾਂ ਨੂੰ ਵੀ ਪਨਾਹ ਦੇਣੀ ਪਏ ਸੀ। ਜਦੋਂ ਅਫਗਾਨਿਸਤਾਨ ਦੇ ਵਿੱਚ ਬਮਿਆਨ ਬੁੱਧਾ ਦਾ ਬੁੱਤ ਤੋਪਾਂ ਲਾ ਲਾ ਕੇ ਤੋੜਿਆ ਗਿਆ ਸੀ ਜੀ, ਅਤੇ ਉਸ ਬੁੱਧ ਦੇ ਬੁੱਤ ਨੂੰ ਤੋੜਨ ਤੋਂ ਬਾਅਦ ਬੁੱਧ ਧਰਮ ਵਾਲੇ ਵੀ ਆਏ ਸੀ। ਅੱਜ ਕੱਲ੍ਹ ਚੀਨ ਦੇ ਵਿੱਚ ਹਾਲਾਤ ਇੰਨੇ ਕੁ ਖਰਾਬ ਆ ਕਿ ਉੱਥੇ ਕੁਛ ਸਾਰੇ ਚੀਨ 'ਚ ਨਹੀਂ, ਕੁਝ ਸੂਬਿਆਂ 'ਚ ਉੱਥੋਂ ਲੋਕ ਮਾਈਗ੍ਰੇਟ ਕਰ ਰਹੇ ਆ। ਹੋ ਸਕਦਾ ਕੱਲ੍ਹ ਨੂੰ ਚੀਨੀਆਂ ਵਿੱਚੋਂ ਵੀ ਕੋਈ ਇਸ ਤਰ੍ਹਾਂ ਦੇ ਨਿਕਲ ਕੇ ਆਉਣ, ਪਰ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਸ਼ਰਨਾਰਥੀਆਂ ਦੇ ਨਾਂ 'ਤੇ ਸ਼ਰਨਾਰਥੀ ਆਉਣ, ਕਿਤੇ ਕਬੂਤਰਬਾਜ਼ੀ ਵਾਲਾ ਚੱਕਰ ਜਿਹਾ ਨਾ ਚੱਲਦਾ ਫਿਰਦਾ ਹੋਵੇ। ਅਤੇ ਇਹ ਵੀ ਖਿਆਲ ਰੱਖਣਾ ਚਾਹੀਦਾ ਕਿ ਸਾਡੇ ਉੱਤੇ ਬੰਦਿਆਂ ਨੂੰ ਵਰਤਣ ਦਾ ਦੋਸ਼ ਨਾ ਲੱਗੇ। ਅੱਗੇ 1-2 ਕਲਾਕਾਰ ਆਏ ਜਿਹੜੇ ਇੱਥੇ ਆ ਕੇ ਭਾਰਤ ਦੇ ਵਿੱਚ ਪਾਕਿਸਤਾਨ ਦੇ ਖਿਲਾਫ਼ ਬੋਲਦੇ ਸੀ, ਉਹਨਾਂ ਨੂੰ ਜਦੋਂ ਪਨਾਹ ਦਿੱਤੀ ਗਈ ਤਾਂ ਪਾਕਿਸਤਾਨ ਦੇ ਵਿੱਚ ਇਸ ਗੱਲ ਦਾ ਰੌਲਾ ਪੈ ਗਿਆ ਸੀ ਕਿ ਪਨਾਹ ਇਸ ਕਰਕੇ ਦਿੱਤੀ ਗਈ ਹੈ ਕਿ ਭਾਰਤ ਨੂੰ ਸਾਡੇ ਖਿਲਾਫ਼ ਬੋਲਣ ਵਾਲਾ ਕੋਈ ਬੰਦਾ ਚਾਹੀਦਾ। ਅਸਲ ਵਿੱਚ ਉਹ ਆਪਣੇ ਨਿੱਜੀ ਕਾਰਨਾਂ ਕਰਕੇ ਬੋਲਦੇ ਸੀ, ਪਰ ਦੋਸ਼ ਤਾਂ ਭਾਰਤ 'ਤੇ ਲੱਗਾ ਸੀ ਨਾ। ਇਸ ਕਰਕੇ ਇੱਦਾਂ ਦੀ ਬਦਨਾਮੀ ਦਾ ਕੋਈ ਟਿੱਕਾ ਨਹੀਂ ਲਾਉਣਾ ਚਾਹੀਦਾ। ਸੰਭਲ ਕੇ ਇਹਦੇ ਉੱਤੇ ਜਿੱਥੇ ਜਾਇਜ਼ ਕੇਸ ਆ ਉਹ ਵਿਚਾਰ ਲੈਣੇ ਚਾਹੀਦੇ। ਬਿਲਕੁਲ ਸਹੀ ਪੰਨਾ ਸਾਹਿਬ, ਤੁਸੀਂ ਆਏ, ਸਾਰੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਪ੍ਰਾਈਮ ਏਸ਼ੀਆ ਟੀ ਵੀ ਦੇ ਪ੍ਰੋਗਰਾਮਾਂ ਨੂੰ ਪ੍ਰਾਈਮ ਏਸ਼ੀਆ ਟੀ ਵੀ ਨੂੰ ਤੁਸੀਂ ਇਸ ਤਰ੍ਹਾਂ ਪਿਆਰ ਮੁਹੱਬਤ ਦਿੰਦੇ ਰਹੋਗੇ। ਸਾਡੇ ਚੈਨਲ ਨੂੰ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਜੇਕਰ ਐਪ ਨਹੀਂ ਡਾਊਨਲੋਡ ਕੀਤੀ ਤਾਂ ਉਹ ਵੀ ਜ਼ਰੂਰ ਕਰ ਲੈਣੀ ਜੀ। ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਹੋਰ ਵੀ ਬੈਨੀਫਿਟ ਦੇ ਸਕਦੀਆਂ ਨੇ। ਫਿਲਹਾਲ ਦਿਓ ਇਜਾਜ਼ਤ, ਗੁਰਪ੍ਰੀਤ ਸੰਧਾ ਵਾਲੀ ਨੂੰ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ ਤੁਹਾਡੇ ਲਈ।